ਫਿਰ ਆਹਿਸਤਾ ਨਾ ਥੱਲੇ ਜਾਂਦਾ ਆਹ ਜਿਹੜਾ ਵਿੱਚ ਨੂੰ ਬਾਅਦ ਭਰਿਆ ਨਾ ਆਹਿਸਤਾ ਥੱਲੇ ਜਾਂਦਾ ਫਿਰ ਬੇਸਣ ਬਣਦਾ ਜਾਂਦਾ ਫਿਰ 2-2.5 ਘੰਟੇ ਵਿੱਚ ਰਹਿਣਾ ਫਿਰ ਉਹਦੀ ਮਿਠਾਈ ਹੋ ਜਾਣੀ ਇੱਕ ਮੁੰਡਲ ਦੇ ਬਰਾਬਰ ਮੁਤਾਬਕ ਨਾਪੀ ਆ ਫਿਰ ਬਰਾਬਰ ਮੰਨ ਕੇ ਇੰਨਾ ਮੋਟਾ ਹੋਣਾ ਫਿਰ ਅੱਛਾ ਜਿਹੜਾ ਅਜ਼ਾਫੀ ਹੋਣਾ ਨਾ ਇਹਦੇ ਵਿੱਚ ਮਵਾਦ ਉਹ ਫਿਰ ਬਾਹਰ ਪੜ ਲੈਣੀ इसके बाद ये होगा ये इसके ऊपर होगा हाँ ये ऊपर वाला गला जो है ना ये इसमें बेसन रखा Okay.
ਇਹਦਾ ਸਟੈਂਡ ਵੀ ਕਰਨਾ ਨਾ ਅੱਗੇ ਨਾਤਾ ਉਹ ਅੱਗੇ ਨਾ ਪਿਆ ਅੱਗੇ ਨਾਤਾ ਨਹੀਂ ਪਾਣੀ ਆ ਨਾ ਤੇ ਪਾਣੀ ਨਾਲ ਜੀ ਪੇਸ ਭੇਜਾ ਪਿਆ ਉਹ ਤੇ ਸਿਰਫ ਇਹਨਾਂ ਨੂੰ ਨਿਸ਼ਾਨੀਆਂ ਨਾ ਪਤਾ ਲੱਗੇ ਚੈੱਕਰ ਕੀ ਕਰਦਾ ਪਾਣੀ ਨਾਲ ਖੁਸ਼ਕ ਨੀ ਨਾ ਲਓ ਕਰ ਲਓ ਮੋਰ ਕਵਰ ਬਾਲੋ ਲੈਟ ਕੇ ਕੀ ਲਾਉਂਦੇ ਨੇ ਆਹ
ਹਾਂਜੀ ਦੂਸਰਾ ਸਟੈਂਡ ਵੀ ਲਾ ਭਈਆ ਐਂ ਸਾਹਮਣੇ ਆ ਕੇ ਭਈਆ ਲਾ ਥੋੜ੍ਹਾ ਸਾਹਮਣੇ ਆ ਕੇ ਸਿੱਧਾ ਲੱਗੇ ਉੱਠਾ ਠੀਕ ਹੈ ਬਿਲਕੁਲ ਸਿੱਧਾ ਵੈਰੀ ਗੁੱਡ ਚੱਲ ਸ਼ਾਟ ਤੱਕ ਸਹੀ ਨਹੀਂ ਆਉਂਦੀ ਪਿੱਛੇ ਹੀ ਹੱਥ ਰੱਖਿਆ Thank you.